कश्ती गुनागार दी जिंदगी दी अल्लाह पाक हवाले तेरे, तेरे, तेरे. तेरे, तेरे, तेरे बस आसरा है तेरिया राम तांदा पल्ले कुछ ना उमाल का मेरे वाह वाह ते जदा भटकिया निकलन दिता ही नहीं गफलत दे सख्त हनेरे जे करें करम चा अपने आशिक राई ते तेरी जात अगे काई देरे वाह 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 असी ਉਸ ਹਸਤੀ ਦੇ ਉਮਤੀ ਹਾਂ ਜਹੰਦੇ ਕਾਨ ਕੈਨਾਤ ਬਣਾਈ ਗਈ ਵਾ ਅਸੀਂ ਉਸ ਹਸਤੀ ਦੇ ਉਮਤੀ ਹਾਂ ਜਹੰਦੇ ਕਾਨ ਕੈਨਾਤ ਬਣਾਈ ਗਈ ਪੱਕਾ ਜਰਾਨਾ ਕਰੋ ਜਨਾਬ ਦੀ ਮਹਬਤਾਂ ਬਹੁਤ ਮਿਹਰਬਾਨੀ ਜੀ ਉਸਤਾਦ ਬਕੂ ਸਾਹਿਬ ਤਾਂ ਸਾਡੇ ਦਿਲ ਦੇ ਵਿੱਚ ਇਨ ਵੈਲਕਮ ਕਰਨ ਦੀ ਜ਼ਰੂਰਤ ਹੀ ਨਹੀਂ ਉਹ ਵੈਸੇ ਵੈਲਕਮ ਹੋਇਓ ਹੈ ਨੱਗੇ ਵੀ ਜੀ ਆ अस उस हस्ती दे उमती हां कान कैनात बनाई गई वास्ते साल अठार मुलाकात दी रात बनाई गई ते जी उम्मत राही राख्श ले थोड़ी जी इको घटाओ हो जामर निवास आदिल बैठा अच्छा <laughs> अस उस हस्ती दे उम्मती हाँ ਜੰਦੇ ਕਾਨ ਕੈਨਤ ਬਣਾਈ ਗਈ ਜਹਦੇ ਵਾਸਤੇ ਸਾਲ 18 ਦੀ ਮੁਲਾਕਾਤ ਦੀ ਰਾਤ ਬਣਾਈ ਗਈ ਤੇ ਜਹਦੀ ਉਮਤ ਦੀ ਰਾਹੀ ਬਖਸ਼ਿਸ਼ ਲਈ ਇਹ ਸ਼ਬਾ ਰਾਤ ਬਣਾਈ ਗਈ ਹੈ ਇਹ ਇੰਤਜ਼ਾਮ ਮੁਕੰਮਲ ਕਰਕੇ ਸੋਹਣੇ ਦੀ ਜ਼ਾਤ ਬਣਾਈ ਗਈ ਵਾ ਵਾ ਇਸ 12 ਰਬੀਉਲ ਅਵਲ ਦੀ ਇਸੇ ਕਾਨ ਉਚੇਰੀ ਸ਼ਾਨ ਇਸ 12 ਰਬੀਉਲ ਅਵਲ ਦੀ इसे कान उचेरी शान है भाई इस नेक दिहाड़े दुनिया ते आया दो जग सुल्तान है वाह वाह तेज भाई इससे खुशी बिच राई अल्लाह पाक दी तरफ होया जारी ए फरमान है केड़ा भाई आज पुतरी जमसिं दी कोई ना जम जमसी कार जिब्राईल ऐलान है दोस्तों इबादत हो गई दोड़ा, दोड़ा, दोड़ा। मोहम्मद शफीक बप्पू साहब ਚਲੋ ਤੁਹਾਡੀ ਨਜ਼ਰ ਕਰਦੇ ਨੇ ਆ ਭਾਈ ਇੱਕੋ ਸਜੋ ਨੇ ਸਾਡਾ ਪਰਸੰਗਤ ਦੇ ਲਈ ਹੈ ਸੋਨਾ ਕਸਮ ਖੁਦਾ ਦੀ ਵਾ 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 ਇੱਕੋ ਸਜੋ ਨੇ ਸਾਡਾ ਪਰਸੰਗਤ ਦੇ ਲਈ ਹੈ ਸੋਨਾ ਕਸਮ ਖੁਦਾ ਦੀ ਲਾਜਪਾਲ ਵੀ ਹੈ ਆਲਾ ਜ਼ਰਫ ਵੀ ਹੈ ਵਾ ਨਾਲੇ ਹੈ ਤਸਵੀਰ ਵਫਾ ਦੀ ਕਿਆ ਬਾਤ ਇੱਕੋ ਸਜੋ ਨੇ ਸਾਡਾ ਪਰਸੰਗਤ ਦੇ ਲਈ हे सोना कसम खुदा दी लाजपाल भी है आला जर्फ भी है नाले है तस्वीर वफा दी वाह वाह ते इस दौर दे विच भी लई वदाए रत्ती आख विच शर्म हया दी लखपतिया हो के इज्जत करे न लख मैं जाय राय गुरबा दी वाह 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 बहुत मेहरबानी भाई शफीक बप्पू वास्ते एक थाली मेहरबानी जनाब बप्पू सर दौड़ा भाई हाथ जदन भी गडे आए बंदाए बेन परखे बनाई नहीं वाह मेहरबानी हाथ जदन भी गडे आए बंदा वेख के गड्ढे आए बेन परखे संगत बनाई नहीं बेली राठ बनाए हैं जिंदगी वे पाग बटाई नहीं वाह वाह बहुत मेहरबानी ਬਾਈ ਖੋਲ ਕੇ ਤਾੜੀ ਥੱਕ ਕੇ ਨਹੀਂ ਸੁਣਨਾ ਜਿਹੜਾ ਜੱਟ ਮੈਂ ਖਲਾਉਣਾ ਜ਼ੋਰਦਾਰ ਤਾੜੀਆਂ ਬਾਈ ਜ਼ੋਰਦਾਰ ਹੱਥ ਜਦਣ ਵੀ ਗੱਡੇ ਆ ਬੰਦਾ ਵੇਖ ਕੇ ਗੱਡੇ ਆ ਬੇਨ ਪਰਖੇ ਸੰਗਤ ਬਣਾਈ ਨਹੀਂ 베ਲੀ ਰਾਠ ਬਣਾਏ ਹੈ ਜ਼ਿੰਦਗੀ ਵਿੱਚ ਪਾਗ ਨੀਚੇ ਨਾਲ ਵਟਾਈ ਨਹੀਂ ਵਾ ਵਾ ਤੇ ਸਾਰੀ ਜ਼ਿੰਦਗੀ ਜ਼ਰਫ ਜ਼ਮੀਰ ਆਪਣੇ ਤੂੰ ਇੱਕ ਗਲਤੀ ਏ ਕਰਵਾਈ ਨਹੀਂ ਭਾਵੇਂ ਲੱਖਾਂ ਦੇ ਘਾਟੇ ਰਾਈ ਆ ਗਏ ਥੁੱਕ ਸੱਟੀ ਹੋਈ ਮੁੜ ਕੇ ਚਾਈ ਨਹੀਂ ਵਾ 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 ਬਹੁਤ ਮਿਹਰਬਾਨ ਕੀ ਬਾਤ ਹੈ ਬਹੁਤ ਮਿਹਰਬਾਨ ਕੀ ਬਾਤ ਹੈ ਬਹੁਤ ਮਿਹਰਬਾਨੀ ਦੋੜਾ ਬਈ ਦਿਲ ਅੱਖੀ ਨਾਲ چیر ਕੇ ਦੋ ਚਾ ਕਰਨੇ ਆ ਕਿੱਥੋਂ ਸਿੱਖੇ ਨਹੀਂ ਸਬਕ ਜੁਰਾਈ ਦੇ ਵਾ 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 ਦਿਲ ਅੱਖੀ ਨਾਲ چیر ਕੇ ਦੋ ਚਾ ਕਰਨੇ ਕਿੱਥੋਂ ਸਿੱਖੇ ਨੀ ਸਬਕ ਜੁਰਾਈ ਦੇ ਫਾਟ ਸੀਵਣ ਕੋ ਜਾ ਪੈ ਲੋੜ ਤੋਂ ਕਰਨੇ ਉਤੋਂ ਹਮਲੇ ਬੇਪਰਵਾਹੀ ਦੇ ਵਾ ਵਾ ਤੇ ਕਿਉਂ ਰੋਣਾ ਰਾਈ ਪੁੱਛੇ ਕਦੀ ਨਾ ਆਕੇ ਅਸਬਾਬ ਇਸ ਉਜੜੀ ਸ਼ਾਈ ਦੇ ਹੱਥ ਹਸ਼ਾਰ ਦੇ ਲੋਕ ਮਜ਼ਾਕ ਕਰੇਂਦੇ ਜਿੱਥੇ ਮਿਲਿਏ ਆਸ਼ਿਕ ਰਾਈ ਦੇ ਵਾ 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 ਮਤ ਮਿਹਰਬ ਮਰ ਇਕਬਾਲ ਸਾਹਿਬ ਮਰ ਜ਼ਫਰ ਸਾਹਿਬ ਜਵੇਦ ਸ਼ਨਾਸ ਸਾਹਿਬ ਮਲਕ ਉਸਮਾਨ ਸਾਹਿਬ 도ੜਾ ਬਾਈ ਹੱਥ ਤੇਰੇ ਨਾਲ ਮੈਂ ਜਦਨ ਦਾ ਹੱਥ ਗੱਡਿਆ ਹੈ ਗੈਰਾਂ ਦੇ ਘਰ ਕੋਰ ਲਾਟ ਵਾ 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 ਤੇਰੇ ਨਾਲ ਮੈਂ ਜਦਨ ਦਾ ਹੱਥ ਗੱਡਿਆ ਹੈ ਗੈਰਾਂ ਦੇ ਘਰ ਕੋਰ ਲਾਟ ਬਾਈ ਨਹੀਂ ਹਜ਼ਮ ਪਈ ਹੁੰਦੀ ਸਿਰ ਗਿਆਂ ਨੂੰ ਤੇਰੀ ਮੇਰੀ ਸੰਗਤ ਦੀ ਘਾਟ ਵਾ ਵਾ ਤੇਜ਼ ਕਿਤਾਬ ਜਿਵੇਂ ਸਵੇਂ ਸਕੂਨ ਦੇ ਨਹੀਂ ਦਿੰਦੀ किसे बशर नु कांदी नु नराई हाथ दी लगी चाट वाह बहुत शुक्रिया मेहरबानी बहुत शुक्रिया मार साहेबान ਜਨਬੇ ਸੂਬੇਦਾਰ ਮਰ ਮਨਸਬ ਸਾਹਿਬ ਲਤਾ ਲਾਉ ਨਾਂ ਦੀ ਜ਼ਿੰਦਗੀ ਕਰੇ ਖਸੂਸੀ ਤੌਰ ਤੇ ਬੰਦੇ ਰਾਤ ਹਮੇਸ਼ਾ ਖੂਨ ਆਪਣੇ ਦਾ ਹਾਰ ਜਾਤੇ ਅਸਰ ਵੇਖਦੇ ਵਾ ਵਾ ਮਿਹਰਬਾਨੀ ਭਾਈਏ ਸੁਣਦਾ ਭੈਣ ਬੰਦੇ ਰਾਜ ਹਮੇਸ਼ਾ ਖੂਨ ਆਪਣੇ ਦਾ ਹਾਰ ਜਾਤੇ ਅਸਰ ਵੀ ਖੈਂਦਨ ਲੱਗੇ ਦਾਗ ਨਾ ਪਿਉਦੀ ਪਗੜੀ ਤੇ ਗਾਲ ਕਰਕੇ ਘਰ ਚਾ ਲੈਨੇ ਵਾ ਵਾ ਤੇ ਹਰ ਹਾਲ ਦੇ ਵਿੱਚ ਰਾਈ ਆਂ ਦੀ ਖਾਤ ਨਾ ਤਨਮਾਨ ਧਨ ਸਰ ਫੈਂਦਨ ਕਾਮ ਜ਼ਰਫ ਤੇ ਨੀਚ ਜ਼ਮੀਰ ਦੇ ਮਾਲਕ ਜਿੱਥੇ ਬਾਂਦਨ ਪਿਉ ਪਣ ਵੈਂਦਨ ਬਹੁਤ ਮਿਹਰਬਾਨੀ ਮਿਹਰਬਾਨੀ ਜਨਾਬ ਬਹੁਤ ਸ਼ੁਕਰੀਆ ਪੱਕਾ ਯਰਾਨਾ ਗਰੁੱਪ ਉਹਨਾਂ ਦੀ ਖਸੂਸੀ ਫਰਮਾਇਸ਼ ਏ ਬਾਏ ਹੱਥ ਹੱਥਾਂ ਵਿੱਚ ਪਾ ਮੈਂ ਪਿਆਰ ਦੀ ਪੁਖਤਾ ਜ਼ੰਜੀਰ ਬਣਾਉਣਾ ਚਾਹਨਾ ਵਾ ਵਾ ਹੱਥ ਹੱਥਾਂ ਵਿੱਚ ਪਾ ਮੈਂ ਪਿਆਰ ਦੀ ਪੁਖਤਾ ਜ਼ੰਜੀਰ ਬਣਾਉਣਾ ਚਾਹਨਾ ਨਫ਼ਰਤ ਦੇ ਸ਼ਹਿਰ ਵਿੱਚ ਉਲਫਤ ਦੀ ਜਾਗੀਰ ਬਣਾਉਣਾ ਚਾਹਨਾ ਵਾ ਵਾ ਤੇ ਤੂੰ ਹੀ ਹੁਸਨ ਦੇ ਸ਼ਾ ਨੂੰ ਦਿਲ ਆਪਣੇ ਦਾ ਦਿਲਗੀਰ ਬਣਾਉਣਾ ਚਾਹਨਾ ਜਿਹੜੀ ਟੰਗੀ ਰਹਿ ਰਾਜ ਦੇ ਜ਼ਖਮੀ ਹਾਂ ਤੇ ਤਸਵੀਰ ਬਣਾਉਣਾ ਚਾਹਨਾ ਤੇ ਬੱਪੂ ਸਾਹਿਬ ਸ਼ਾਲਾ ਢੱਲੇ ਹੋਏ ਬਖਤ ਸਜਣਾ ਦਾ ਤਬਦੀਲ ਮਿਜ਼ਾਜ ਨਾ ਹੋਵੇ ਬਖਤ ਢਾਲ ਬਣੇ ਤਾਂ ਸਜਣਾ ਦੇ ਮਿਜ਼ਾਜ ਤਬਦੀਲ ਹੋ ਜਾਂਦੇ ਸ਼ਾਲਾ ਢੱਲੇ ਹੋਏ ਬਖਤ ਸਜਣਾ ਦਾ ਤਬਦੀਲ ਮਿਜ਼ਾਜ ਨਾ ਹੋਵੇ ਉਦਾਂ ਰਈਤ ਦੇ ਝਾਕੇ ਲੈ ਵੈਂਦੇ ਜਦਾਂ ਸਿਰ ਤੇ ਤਾਜ ਨਾ ਹੋਵੇ ਵਾ ਵਾ ਦੇ ਬੰਦੇ ਮਾਰ ਗਤੈਨ ਦਿਨ ਵਸਦਿਆਂ ਵਿੱਚ ਬੰਦਾ ਰਾਈ ਅੰਦਰਾਜ ਨਾ ਹੋਵੇ ਚੈਨ ਦਾ ਕੋਈ ਨਹੀਂ ਸੰਗਤ ਦੀ ਢੋਲੀ ਨੂੰ ਘਰ ਸੁਖ ਦਾ ਦਾਜ ਨਾ ਹੋਵੇ ਵਾ 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 ਬਹੁਤ ਮਿਹਰਬਾਨੀ ਮੇਰੀ ਅੱਖੀਂ ਦੇ ਸ਼ਾਰ ਚੋਂ ਹੰਝੂ ਆਂਦੇ ਟੁਰੇ ਕਾਫਲੇ ਇੰਜ ਹੁਸੜੀ ਕੇ ਮੇਰੀ ਅੱਖੀਂ ਦੇ ਸ਼ਾਰ ਚੋਂ ਹੰਝੂ ਆਂਦੇ तुरे काफले इंज हुसड़ी के किवे बजे में, में प्यासा मान तो हट आंदा है तरसी तरसी तरसी, तरसी के वाह वाह ते वाह तो मिट्टी ते अंगलियां फेर दे राणा डुसकी 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 के इससे ख्याल इचराइया संकोई नो मिलना आ वंजना लफज लिखी के वाह वाह ਸਾਨੂੰ ਛੱਟ ਤਾਂ ਗੱਤਿਆ ਹੀ ਪਰ ਔਖੀ ਪਛਸੀ ਤੈਨੂੰ ਲਜ਼ਤ ਬੇਗਾਨੀਆਂ ਬਾਂਦੇ ਹਾਏ 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 ਮਿਹਰਬਾਨੀ ਰਾਹੀ ਸਾਹਿਬ ਕੀ ਬਾਤ ਹੈ ਜੀ ਸਾਨੂੰ ਛੱਟ ਤਾਂ ਗੱਤਿਆ ਹੀ ਪਰ ਔਖੀ ਪਛਸੀ ਤੈਨੂੰ ਲਜ਼ਤ ਬੇਗਾਨੀਆਂ ਬਾਂਦੇ ਆਪੋਰ ਦਰਦ ਆਵਾਜ਼ ਸੁਣੇਂਦੀ ਰਾਸੀ ਤੈਨ ਰਾਈਂ ਦੇ ਠੱਡਿਆਂ ਸਾਂਦੇ ਵਾਹ ਵਾਹ ਮਿਹਰਬਾਨੀ ਅਕਲੀਮ ਜਵੇਦ ਰਾਜ ਸਾਹਿਬ ਮੇਰੇ ਭਤੀਜੇ ਬਹੁਤ ਅੱਛਾ ਮੁਸ਼ਾਇਰਾ ਵੀ ਪੜਿਆ ਮੁਹੱਬਤ ਹੈ ਤੁਹਾਡੀ ਜਨਾਬ ਸਾਨੂੰ ਸਾਡ ਤਾਂ ਗੱਤੇ ਹੀ ਪਰ ਔਖੀ ਪਛਸੀ ਤੈਨੂੰ ਲਜ਼ਤ ਬੇਗਾਨੀਆਂ ਬਾਂਦੇ ਪੁਰ ਦਰਦ ਆਵਾਜ਼ ਸੁਣੇਂਦੀ ਰਾਸੀ ਤੈਨ ਰਾਈ ਦੇ ਠੱਡੇ ਅਸਾਂ ਦੇ ਵਾਹ ਵਾਹ ਤੇ ਜਿਵੇਂ ਲੋੜ ਮੁਦਈ ਨੂੰ ਹੁੰਦੀ ਏ ਦੋ ਚਸ਼ਮ ਦੀਦ ਗਵਾਂ ਦੀ ਉਨੇ ਵਾਂਗ ਜਨਾਬ ਨੂੰ ਕਦਮ ਕਦਮ ਤੇ ਪਹੁੰਚੀ ਰਾਸੀ ਲੋੜ ਅਸਾਂ ਦੇ ਵਾਹ 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 ਤੇ ਬੱਫੂ ਸਾਹਿਬ ਲੱਗੀ ਵੇਲ ਤਾਂ ਮੇਰੀਆਂ ਸਦਰਾਂ ਦੇ ਉਜੜੇ ਗੁਲਜ਼ਾਰ ਤੱਕ ਵਾ 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 ਮਿਹਰਬਾਨ ਲੱਗੀ ਵੇਲ ਤਾਂ ਮੇਰੀਆਂ ਸਦਰਾਂ ਦੇ ਉਜੜੇ ਗੁਲਜ਼ਾਰ ਤੱਕ ਵਾ ਮੇਰੀ ਅੱਖੀ ਚੋਂ ਲੁੱੜਦੀਆਂ ਹੰਝੂਆਂ ਦੀ ਮੇਰਾ ਚੰਨ ਰਫਤਾਰ ਤੱਕ ਵਾ ਵਾ ਤੇ ਮੇਰੇ ਦਿਲ ਦੇ ਸ਼ahr ਦੇ ਰਾਈ ਬੇਰੌਣਕ

ਕੋਈ ਰਾਹੀ ਠੱਗਬਾਜ਼ ਤੇ ਨੀਅਤ ਦਾ ਖੋਟਾ ਕੋਈ ਲੁੱਟਣ ਪੁੱਟਣ ਦਾ ਆਦੀ ਵਾ ਵਾ ਤੇਜ਼ ਕਿਤਾਬ ਹੈ ਪੁਰਾਣ ਮੁਆਸ਼ਰੇ ਜਿਸ ਦੇ ਹੁੰਦੇ ਹੋਏ ਸ਼ਾਮੇ ਲੋਕ ਫਸਾਦੀ ਉਸ ਦੇ ਹੁੰਦੀ ਉਝੜ ਕੇ ਸੁੰਝ ਹੋ ਗਈ ਏ ਬੇਲੋਸ ਵਫਾ ਦੀ ਵਾਦੀ ਵਾ ਰਾਈ ਸਾਹਿਬ ਬਹੁਤ ਮਹਿਮਾਨ ਹੰਜੂ ਲੁੜੀਆਂ ਜਾਂਦੀ ਯਾਦ ਦੇ ਵਿੱਚ ਸਜ ਗਈ ਤਸਵੀਰ ਉਸੇ ਦੀ ਵਾ ਵਾ ਹੰਜੂ ਲੁੜੀਆਂ ਜਾਂਦੀ ਯਾਦ ਦੇ ਵਿੱਚ ਸੇਜ ਗਈ ਤਸਵੀਰ ਉਸੇ ਦੀ ਹੱਥੀ ਆਪਣੇ ਜੈ ਬਰਬਾਦ ਚਕੀਤੀ ਹਾ ਦਿਲ ਜਾਗੀਰ ਉਸੇ ਦੀ ਵਾ ਵਾ ਤੇ ਜਿਹੜੇ ਨਖਿੜ ਕੇ ਰਾਈ ਹੰਝੂ ਲੁੜੀਆਂ ਜਾਂਦੀ ਯਾਦ ਦੇ ਵਿੱਚ ਸੇਜ ਗਈ ਤਸਵੀਰ ਉਸੇ ਦੀ ਹੱਥੀ ਆਪਣੇ ਜੈ ਬਰਬਾਦ ਚਕੀਤੀ ਹਾ ਦਿਲ ਜਾਗੀਰ ਉਸੇ ਦੀ ਵਾ ਵਾ ਤੇ ਜਿਹੜਾ ਨਖੜ ਕੇ ਰਾਈ ਮੈਂ ਰੋਂਦਾ ਵਤਨਾ ਐ ਵੀ ਹਾਈ ਤਕਸੀਰ ਉਸੇ ਦੀ ਮੇਰੇ ਦਿਲ ਮਜਬੂਰ ਕਰਾਵਣੀ ਐ ਮੈਂ ਤੁਹ ਮਿਹਨਤ ਅਖੀਰ ਉਸੇ ਦੀ ਤੇ ਇਹ ਭਾਈ ਦੀ ਫਰਮਾਇਸ਼ ਹੈ ਦਿਲਾਂ ਖੈਸ ਜੁਹਾਈਆ ਬਚਪਨ ਲਾ ਤੂੰ ਐ ਵੱਡੇ ਲੋਕਾਂ ਨਾਲ ਬਿਲਾਪ ਦੇ ਬਹੁਤ ਬਹੁਤ ਮਿਹਰਬਾਨ ਬਹੁਤ ਸ਼ੁਕਰੀਆ ਵਾ ਵਾ ਦਿਲਾਂ ਖੈਸ ਜੁਹਾਈਆ

ਦੰਗ ਲੈਸ ਨਹੀਂ ਸੇਰ ਗਏ ਦੁਸ਼ਮਣਾਂ ਨੂੰ ਦੁੱਧ ਚੁੱਲੀਆਂ ਨਾਲ ਪਿਲਾ ਨਹੀਂ ਤੇ ਮੰਨੀ ਗੱਲ ਨਹੀਂ ਮੇਰੀ ਉਸ ਵੇਲੇ ਹੁਣ ਰੋ ਕੁਰਲਾ ਪਛਤਾ ਨਹੀਂ ਬਾਰਾ ਹੀ ਹੋਣਾ ਆਪਣੇ ਸਰ ਤੇ ਰੱਖ ਕੇ ਉੰਜੇ ਕਮਲਿਆ ਮੁਲਕ ਹਸਾ ਨਹੀਂ ਵਾ ਵਾ ਅਜ ਸਾਬ ਦੋੜਾ ਬਈ ਨਹੀਂ ਸੁੱਕਦੇ ਬਾਗ ਮੁਹੱਬਤਾਂ ਦੇ ਡਿੱਡੂ ਸਾਫ ਜੇ ਮਾਲੀ ਹੋਵੇ ਅਸਾਂ ਮਿਆਰ ਸ਼ਾਇਰੀ ਦਾ ਨਹੀਂ ਘਟਾਇਆ ਸਨ ਉਸਤਾਦਾਂ ਦੀ ਦਸ ਕੋਈ ਦਾਤ ਦੇਵੇ ਯਨ ਦੇਵੇ ਮਿਆਰ ਸ਼ਾਇਰੀ ਦਾ ਨਹੀਂ ਘਟਣਾ ਚਾਹੀਦਾ ਔਰ ਨਾ ਘਟਾਇਆ ਵਾ ਵਾ ਮਿਹਰਬਾਨੀ ਜਨਾਬ ਜਵੇਦ ਰਾਜ ਸਾਹਿਬ ਸਾਡੇ ਫਖਰ ਨੇ ਅੱਲਾਹ ਤਾਲਾ ਇਨਾਂ ਦੀ ਜ਼ਿੰਦਗੀ ਕਰੇ ਨਹੀਂ ਸੁਖ ਦੇ ਬਾਗ ਮੁਹੱਬਤਾਂ ਦੇ ਦਿੱਡੂ ਸਾਫ ਜੇ ਮਾਲੀ ਹੋਵੇ ਖੁਸ਼ ਰਾਂਦੈ ਬੁਲਬੁਲ ਗੁਲਸ਼ਨ ਵਿੱਚ ਜਦ ਰਾਈ ਹਰਿਆਲੀ ਹੋਵੇ ਤੇ ਰਾਂਦਾ ਦਿਸਦਾ ਸੰਗਤ ਜਿਸ ਬੰਦੇ ਦਾ ਕਿਰਦਾਰ ਮਿਸਾਲੀ ਹੋਵੇ ਚੰਗੇ ਨਿਭਦੇ ਡੰਗ ਜ਼ਿੰਦਗਾਨੀ ਦੇ ਜੇ ਕੁਝ ਸਜਣ ਹਲਾਲੀ ਹੋਵੇ ਵਾ 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 ਰਾਈ ਸਾਹਿਬਾ ਮਿਹਰਬਾਨੀ ਜਨਾਬ ਬਹੁਤ ਸ਼ੁਕਰੀਆ ਤੇ ਦੋੜਾ ਬਾਈ ਚੰਗੇ ਸੱਜਣ ਹਮੇਸ਼ਾ ਸੱਜਣਾ ਨੂੰ ਡਿੱਡੂ ਮਖਲਿਸ ਬਾਣ ਕੇ ਚਾਹੰਦੇ ਨਾ ਵਾ ਵਾ ਚੰਗੇ ਸੱਜਣ ਹਮੇਸ਼ਾ ਸੱਜਣਾ ਨੂੰ ਡਿੱਡੂ ਮਖਲਿਸ ਬਾਣ ਕੇ ਚਾਹੰਦੇ ਨ ਕਈ ਵਕਤ ਪਰਸਤੇ ਗਰਜ਼ ਦੇ ਬੇਲੀ ਜ਼ਰਮਾਲ ਦੀ ਚਮਕ ਤੇ ਡਾਂਦੇ ਨ ਇਹ ਵੀ ਕੂੜੇ ਸੰਗਤ ਦੁੱਖ ਤਕਲੀਫਾਂ ਕਮਜ਼ਰ ਬਰਾਬਰ ਸੰਦਨ ਲਾਏ ਢਾ ਦਰਿਆ ਜਦ ਰੇਤ ਦੇ ਕੋਠੇ ਰਾਈ ਕਦਨ ਸਲਾਮਤ ਰਾਂਦੇ ਆਖਰੀ ਨਜ਼ਮ ਉਸ ਤੋਂ ਬਾਅਦ ਮੈਂ ਇਜਾਜ਼ਤ ਜਨਾਬ ਐਦੇਵੇਂ ਅਮਜਦ ਜੀ ਦੋ ਵਕਤ ਦੀ ਰੋਟੀ ਦੋ ਤਨ ਤੇ ਲੀਰਾ ਮੇਰੇ ਕੋਲ ਕਰੋੜ ਤਾਂ ਕੋਈ ਨਹੀਂ ਵਾਹ 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 ਦੋ ਵਕਤ ਦੀ ਰੋਟੀ ਦੋ ਤਨ ਤੇ ਲੀਰਾ ਮੇਰੇ ਕੋਲ ਕਰੋੜ ਤਾਂ ਕੋਈ ਨਹੀਂ ਤੂੰ ਦੌਲਤਮੰਦ ਮੈਂ ਖਰਚਿਓ ਤੰਗ ਤੇਰਾ ਮੇਰਾ ਜੋੜ ਤਾਂ ਕੋਈ ਨਹੀਂ ਵਾਹ 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 ਤੇ ਮੇਰੇ ਕੋਲ ਖਲੂਸ ਦਾ ਅਸਲੀ ਸੋਨਾ ਹੈ ਖਲੂਸ ਦਾ ਸੋਨਾ ਮੇਰੇ ਕੋਲ ਖਲੂਸ ਦਾ ਅਸਲੀ ਸੋਨਾ ਹੈ ਸਿੱਕਾ 100 ਕਰੋੜ ਤੱਕ ਕੋਈ ਨਹੀਂ ਵੈਸੇ ਰਹਿਦੇ ਹੁੰਦੇ ਨੌਕਰ ਦੀ ਤੈਂ ਬੰਦੇ ਨੂੰ ਲੋੜ ਤੱਕ ਕੋਈ ਨਹੀਂ ਵਾਹ ਵਾਹ ਤੇ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਰਾਜ ਤੇਰਾ ਨੌਕਰ ਬਣ ਕੇ ਦਿੱਤੀ ਨੌਕਰੀ ਲਈ ਤਨਖਾਹ ਨਹੀਂ ਵਾਹ ਸਾਰੀ ਜ਼ਿੰਦਗੀ ਰਾਜ ਤੇਰਾ ਨੌਕਰ ਬਣ ਕੇ ਦਿੱਤੀ ਨੌਕਰੀ ਲਈ ਤਨਖਾਹ ਨਹੀਂ ਹਾਸੇ ਤਿਆਂ ਦੇ ਤਿਆਂ ਦੇ ਹੋ ਕੇ ਰਹਿ ਆ ਦਿੱਤੀ ਹੋਰ ਕਿਸੇ ਨੂੰ ਜਾ ਨਹੀਂ ਵਾਹ ਵਾਹ ਤੇ ਅਸੀਂ ਜਦਨ ਵੀ ਲੜ ਸਰਕਾਰ ਦੇ ਲੱਗਿਆ ਰਖੀ ਹੋਰ ਕਿਸੇ ਦੀ ਚਾ ਨਹੀਂ ਧੱਕਾ ਦੇ ਕੇ ਸੰਗਤ ਦੇ ਤਖਤ ਤੂੰ ਰਾਈ ਮਸਕੀਨ ਨੂੰ ਢਾ ਨਹੀਂ ਵਾਹ 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 ਨਜ਼ਮ ਦਾ ਨਵਾਨ ਐਮਏ ਪਾਸ ਮਜ਼ਦੂਰ ਇਨਸ਼ਾਅੱਲਾ ਤਾਲਾ ਤਵਜੂਹ ਕਰਸੋ ਮਜ਼ਾ ਆਸੀ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਦੋ ਮਜ਼ਦੂਰ ਦਿਹਾੜੀ ਤੇ ਲੱਗੇ ਪੈਣ ਇੱਕ ਛੋਟੀ ਉਮਰ ਦਾ ਇੱਕ ਵੱਡੀ ਉਮਰ ਦਾ ਜਿਸ ਵੇਲੇ ਰੈਸਟ ਕੀਤੀ ਨੇ ਨਾ ਛੁੱਟੀ ਹੋਈਏ ਰੋਟੀ ਖਾਣ ਲੱਗੇ ਤਾਂ ਜਿਹੜਾ ਪੱਕੀ ਉਮਰ ਵਾਲਾ ਨਾ ਉਸ ਕੋਲ ਪੁੱਛਦਾ ਪਿਆ ਛੋਟੀ ਉਮਰ ਵਾਲੇ ਕੋਲ ਬਾਈ ਤੂੰ ਨਿੱਕਿਆ ਪੜੇ ਹੋਇਆ ਵੀ ਐ ਉਸਾ ਕਹੇ ਜੀ ਮੈਂ 16 ਜਮਾਤਾਂ ਪੜੇ ਹਾਂ ਉਸਾ ਕਹੇ 16 ਜਮਾਤਾਂ ਪੜੇ ਹਾਂ ਤੈਨ ਕਿਹੜੀ ਮਜਬੂਰੀ ਜਿਹੜੀ ਕਿ ਤੈਨੂੰ ਤਗਾਰੀ ਚਵਾਈਏ ਉਸ ਆਪਣੀ ਮਜਬੂਰੀ ਦਸੀਏ ਉਹ ਗੱਲ ਮੇਰੇ ਤਹੀਂ ਪਹੁੰਚੀਏ ਮੈਂ ਇਸ ਨੂੰ ਕਲਮ ਬੰਦ ਕੀਤਾ ਇੰਤਿਹਾਈ ਤਵੱਜੂ ਕਰਨੀ ਉਸ ਮਜਬੂਰੀ ਕੇ ਦਸੀਏ ਅਦਾ ਬਏ ਮਾਂ ਬੀਮਾਰ ਤੇ ਬੈਣਾ ਨਿਕੀਆਂ ਪਿਓ ਦਾ ਸਿਰ ਤੇ ਸਾਇਆ ਕੋਈ ਨਾ ਵਾਹ 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 ਬਹੁਤ ਮਿਹਰਬਾਨ ਵਾਹ ਵਾਹ ਅਦਾ ਵੀ ਮਾਂ ਬੀਮਾਰ ਤੇ ਭੈਣਾ ਨਿਕੀਆਂ ਪਿਓ ਦਾ ਸਰ ਤੇ ਸਾਇਆ ਕੋਈ ਨਾ ਹੇਕ ਹੇਕਲੀ ਜਿੰਦੜੀ ਮੇਰੀ ਦੂਜਾ ਨਾਲ ਦਜਾਇਆ ਕੋਈ ਨਾ ਅਦਾ ਬਚਪਨ ਲਾਤੂ ਦੌਰ ਯਤੀਮੀ ਮੇਰੇ ਸੰਗ ਚ ਰਲਿਆ ਮਾਂ ਮਜਬੂਰ ਦੀ ਹੱਥ ਦੀ ਮਿਹਨਤ ਖਾ ਕੇ ਸੰਭਿਆ ਪਲਿਆ ਸਰਦੀ ਗਰਮੀ ਹਰ ਮੌਸਮ ਦਾ ਸਾੜਾ ਸਿਰ ਤੇ ਝੱਲਿਆ ਟਾਟਾ ਉੱਤੇ ਬਹਿ ਕੇ ਪੜਿਆ ਪੈਰੋ ਵਾਣਾ ਚੱਲਿਆ ਖਾਂਦਾ ਵੇਖ ਕੇ ਜਾਗ ਨੂੰ ਨੇਮਤਾ ਦਿਲ ਤਰਸਾਂਦਾ ਠੱਲਿਆ ਪਰ ਆਪਣੀ ਤਾਲੀਮ ਦੀ ਖਾਤਰ ਨਹੀਂ ਇਰਾਦਿਆਂ ਹੱਲਿਆ ਚੁੱਪ ਦੀ ਮਾਰ ਕੇ ਨਿੱਗੀ ਬੁੱਕਲ ਆਪਣਾ ਵਕਤ ਕਟੈਂਦਾ ਵਤਿਓਂ ਦਿਲ ਤੇ ਮੇਰੀ ਆਪਣੀ ਜੰਗ ਹੈ ਕੈਨੂੰ ਹਾਲ ਦਸਾਇਆ ਕੋਈ ਨਾ ਮਾ ਬਿਮਾਰ ਤੇ ਬਹਿਣਾ ਨਿਕੀਆਂ ਪਿਓ ਦਾ ਸਿਰ ਤੇ ਸਾਇਆ ਕੋਈ ਨਾ ਇੱਕ ਹੀ ਕੱਲੀ ਜਿੰਦੜੀ ਮੇਰੀ ਦੂਜਾ ਨਾਲ ਦਜਾਇਆ ਕੋਈ ਨਾ ਵਾ ਵਾ ਬੱਪੂ ਸਾਹਿਬ ਦਾ ਬਚਪਨ ਬਾਦ ਲੜਕਪਨ ਆਇਆ ਦਿਲ ਮਜ਼ਬੂਤ ਬਣੈਂਦਾ ਵਤਿਓ ਮੈਂ ਜਲਦੀ ਜਲਦੀ ਪੜ ਰਿਹਾ ਟਾਈਮ ਕਾਫੀ ਹੋ ਗਿਆ ਬਚਪਨ ਬਾਦ ਲੜਕਪਨ ਆਇਆ ਦਿਲ ਮਜ਼ਬੂਤ ਬਣੈਂਦਾ ਵਤਿਓ ਗੁਰਬਤ ਮੇਰੀ ਦੂਜੀ ਮਾਂ ਹੈ ਮਾਂ ਦੇ ਨਾਲ ਨੇ ਬੈਂਦਾ ਵਤਿਓ ਵਾ ਵਾ ਅਦਾਬ ਟੰਗੀਆਂ ਹੋਈਆਂ ਰस्सियां ਵਾਂਗੂ ਸਦਰਾਂ ਗੱਲ ਨਾਲ ਲੈਂਦਾ ਵਤਿਉ ਰਾਤੀ ਰੁੰਨੀਆਂ ਅੱਖ ਦੀਆਂ ਪਿਪਣਾ ਧੁੱਪਾਂ ਤੇ ਪਰਤੈਂਦਾ ਵਤਿਉ ਵਾਹ ਵਾਹ ਮਿਹਰਬਾਨੀ ਜਨਾਬ ਆਈ ਸਾਹਿਬ ਅਦਾਬ ਤਰੁੱਟੇ ਕਾਸੇ ਵਾਂਗੂ ਜਜ਼ਬੇ ਗਾਣਿਆਂ ਆਰ ਹਟੈਂਦਾ ਵਤਿਉ ਮਾਂ ਨੂੰ ਕੋਈ ਨਾ ਗਿੱਲਾ ਦੇਵੇ ਬੈਣਾ ਨੂੰ ਸਮਝੈਂਦਾ ਵਤਿਉ ਵਾਹ 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 ਬਹੁਤ ਮਿਹਰਬਾਨ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜਨਾਬ ਅਦਾ ਬਈ ਮਾਂ ਨੂੰ ਕੋਈ ਨਾ ਗਿੱਲਾ ਦੇਵੇ ਭੈਣਾ ਨੂੰ ਸਮਝਾਉਂਦਾ ਵਤਿਓ ਮੈਂ ਕਿਉਂ ਸ਼ੌਕ ਦੀ ਭੱਠੀ ਤਾਕੇ ਦਾਣਿਆਂ ਵਾਂਗੂ ਛੜਦਾ ਰਾਨਾ ਮੈਂ ਕੀ ਜਾਣਾਂ ਪਿਆਰ ਦੀ ਲੱਜਤ ਮੈਂ ਕਹੀਂ ਲੋਡ ਕਰਾਇਆ ਕੋਈ ਨਾ ਮਾਂ ਵੀ ਮਾਰ ਤੇ ਭੈਣਾ ਨਿਕੀਆਂ ਪਿਓ ਦਾ ਸਿਰ ਤੇ ਸਾਇਆ ਕੋਈ ਨਾ ਏਕ ਏ ਗੱਲੀ ਜਿੰਦੜੀ ਮੇਰੀ ਦੂਜਾ ਨਾਲ ਦਜਾਇਆ ਕੋਈ ਨਹੀਂ ਵਾ ਵਾ ਮਿਹਰਬਾਨੀ ਜਨਾਬ ਅਦਾ ਬਈ ਮੇਰੀ ਮਾਂ ਦੀ ਹਸਰਤ ਹੈ के पुत्र मेरा, मेरा अफसर बन सी मां एम करवाया हा वाह पुत्र मेरा अफसर बन सी मां एम करवाया हा वेद के पेका सावरा जेवर मेरी जात ते लाया हा वाह वा। वा, वा। वाह वा। तो बहुत मेहरबान अदा पुत्र मेरा अफसर बन सी मां एम करवाया हा वेद के पेका सावरा जेवर मेरी जात ते लाया हा ਅਦਬ ਤਰਕਾ ਆਪਣੇ ਜੋਬਾਂ ਨਾਲਾ ਮੇਰੇ ਕਾਨ ਵੰਜਾਇਆ ਹਾ ਸਾਰੇ ਚਿੱਟੀ ਚਾਨਣੀ ਆ ਗਈ ਹੌਸਲਾ ਮੂਲ ਨ ਢਾਇਆ ਹਾ ਵਾਹ ਬਸ ਬੇਾਲੇ ਤਾਕਤਵਾਰ ਦਾ ਬੂਆ ਵੰਜ ਖੜਕਾਇਆ ਮੇਰੇ ਬਾਲ ਨੂੰ ਨੌਕਰੀ ਲੈ ਦੇਉ ਤਰਲਾ ਜਾ ਕੇ ਪਾਇਆ ਹਾ ਕਈ ਨੂੰ ਸਾਡੀ ਬੰਦ ਰੋਟ ਕੋਈ ਨਹੀਂ ਹਰ ਕੋਈ ਲਾਰੇ ਲੈਂਦਾ ਵਤਿਆ ਕਈ ਇਨਸਾਨ ਦਾ ਦਿਲ ਨਾ ਸਜਿਆ ਕਿਸੇ ਦਰਦ ਵੰਡਾਇਆ ਕੋਈ ਨਾ ਮਾਂ ਬਿਮਾਰ ਤੇ ਬਹਿਣਾ ਨਿਕੀਆਂ ਪਿਓ ਦਾ ਸਿਰ ਤੇ ਸਾਇਆ ਕੋਈ ਨਾ ਇੱਕ ਇਕੱਲੀ ਜਿੰਦੜੀ ਮੇਰੀ ਦੂਜਾ ਨਾਲ ਦਜਾਇਆ ਕੋਈ ਨਾ ਵਾ ਵਾ ਤੇ ਮਕਤਾ ਮਾਂ ਬਿਮਾਰ ਦੇ ਵੇਖ ਕੇ ਅਥਰੂ ਖੁਦਾਰੀ ਅਪਣਾ ਲਈ ਅਦਾ ਮਾਂ ਬਿਮਾਰ ਦੇ ਵੇਖ ਕੇ ਅਥਰੂ ਖੁਦਾਰੀ ਅਪਣਾ ਲਈ ਡਿਗਰੀਆਂ ਸਾਰੀਆਂ ਘਾਰੇ ਚ ਰੱਖ ਕੇ ਬਾਟੀ ਸਿਰ ਤੇ ਚਾ ਲਈ ਆਦਾਬੇ ਹੁਣ ਨਹੀਂ ਕਹਿੰਦੀ ਮਨਤ ਕਰਨੀ ਏ ਗੱਲ ਜ਼ੇਨ ਚ ਪਾ ਲਈ ਜਿਵੇਂ ਮੌਸਮ ਰੰਗ ਵਟਾਉਂਦੇ ਉਨੇ ਸੋਚ ਵਟਾ ਲਈ ਹਿੰਮਤ ਕਰਕੇ ਸਾਰੇ ਘਰ ਦੀ ਗੱਡੜੀ ਆਪ ਉਠਾ ਲਈ ਮਿਹਨਤ ਕਰਕੇ ਉਜੜੀ ਨਗਰੀ ਘਰ ਦੀ ਆਪ ਵਸਾ ਲਈ ਰੱਬ ਦੀ ਖਾਸ ਤਵੱਕਲ ਉਤੇ ਆਸਰਾ ਛੱਡਿਆ ਦੁਨੀਆਂ ਦਾ ਉਸ ਤੋਂ ਬਾਅਦ ਮੈਂ ਰਾਹੀ ਕੈਦਾ ਬੂਆ ਵਾਂਝ ਖੜਕਾਇਆ ਕੋਈ ਨਾ ਮਾਂ ਬੀ ਮਾਰ ਤੇ ਬੈਣਾ ਨਕੀਆਂ ਪਿਉ ਦਾ ਸਿਰ ਤੇ ਸਾਇਆ ਕੋਈ ਨਾ ਏਕ ਏਕਲੀ ਜਿੰਦੜੀ ਮੇਰੀ ਦੂਜਾ ਨਾਲ ਦਜਾਇਆ ਕੋਈ ਨਾ